ਵੱਡੀ ਹਰ ਜਾਨ ਹਰ ਗੋਬਿੰਦ ਕੀ, ਵੱਡੀ ਹਰ ਜਾਨ ਹਰ ਗੋਬਿੰਦ ਕੀ। ਸੁਖ ਮੰਗਲ ਕਲਿਆਣ ਵਿਚਾਰਿਆ, ਸੁਖ ਮੰਗਲ ਕਲਿਆਣ ਵਿਚਾਰਿਆ, ਘਰ ਚ ਸਤ ਗੁਰ ਆਪ ਸਵਾਰਿਆ, ਘਰ ਚ ਸਤ ਗੁਰ ਆਪ ਸਵਾਰਿਆ। ਵੱਡੀ ਹਰ ਜਾਨ ਹਰ ਗੋਬਿੰਦ ਕੀ, ਵੱਡੀ ਹਰ ਜਾਨ ਹਰ ਗੋਬਿੰਦ ਕੀ। ਸੁਖ ਮੰਗਲ ਕਲਿਆਣ ਵਿਚਾਰਿਆ, ਸੁਖ ਮੰਗਲ ਕਲਿਆਣ ਵਿਚਾਰਿਆ, ਘਰ ਚ ਸਤ ਗੁਰ ਆਪ ਸਵਾਰਿਆ, ਘਰ ਚ ਸਤ ਗੁਰ ਆਪ ਸਵਾਰਿਆ। ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਤ ਸੰਭਾਰਿਆ, ਆਪਣਾ ਬਿਰਤ ਸੰਭਾਰਿਆ, ਆਪਣਾ ਬਿਰਤ ਸੰਭਾਰਿਆ, ਆਪਣਾ ਬਿਰਤ ਸੰਭਾਰਿਆ, ਆਪਣਾ ਬਿਰਤ ਸੰਭਾਰਿਆ। ਸਗਲ ਆਨੰਦ ਪਰਮੇਸ਼ਰ, ਆਪਣਾ ਬਿਰਤ ਸੰਭਾਰਿਆ, ਆਪਣਾ ਬਿਰਤ ਸੰਭਾਰਿਆ। ਸਾਧ ਜਨਾ ਹੋਏ ਕਿਰਪਾਲਾ, ਬਿਕਸੇ ਸਭ ਪਰਵਾਰਿਆ, ਬਿਕਸੇ ਸਭ ਪਰਵਾਰਿਆ, ਬਿਕਸੇ ਸਭ ਪਰਵਾਰਿਆ, ਬਿਕਸੇ ਸਭ ਪਰਵਾਰ, ਵੱਡੀ ਹਰ ਜਾਨ ਹਰ ਗੋਬਿੰਦ ਕੀ। ਵੱਡੀ ਹਰ ਜਾਨ ਹਰ ਗੋਬਿੰਦ ਕੀ। ਸੁਖ ਮੰਗਲ ਕਲਿਆਣ ਵਿਚਾਰਿਆ, ਸੁਖ ਮੰਗਲ ਕਲਿਆਣ ਵਿਚਾਰਿਆ, ਘਰ ਚ ਸਤ ਗੁਰ ਆਪ ਸਵਾਰਿਆ, ਸਤ ਗੁਰ ਪਵਨ ਹਰਿਆ ਹੋਏ, ਸਗਲੇ ਜੀ ਸਧਾਰਿਆ, ਸਗਲੇ ਜੀ ਸਧਾਰਿਆ, ਵੰਤਨ ਤੇ ਪਵਨ ਹਰਿਆ ਹੋਏ, ਸਗਲੇ ਜੀ ਸਧਾਰਿਆ, ਸਗਲੇ ਜੀ ਸਧਾਰਿਆ, ਸਗਲੇ ਜੀ ਸਧਾਰਿਆ, ਸਗਲੇ ਜੀ ਸਧਾਰਿਆ, ਸਗਲੇ ਜੀ ਸਧਾਰਿਆ। ਸਤਿ ਸ੍ਰੀ ਅਕਾਲ। ਉਹ ਮੇਰਾ ਸ਼ੀਮਾ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹਨਾਂ ਦਾ ਧਿਆਨ ਧਰ ਕੇ ਕਿਉਂਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਜਿਨ੍ਹਾਂ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ। ਔਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ, ਜਿਸ ਵਕਤ ਕਿਉਂਕਿ ਆਪਾਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਔਰ ਜਿਸ ਵਕਤ ਜਹਾਂਗੀਰ ਦਾ ਰਾਜ ਸੀ ਨਾ ਹਿੰਦੁਸਤਾਨ ਤੇ, ਉਸ ਦੇ ਹੁਕਮ ਅਨੁਸਾਰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੱਤੀਆਂ ਤਵੀਆਂ ਤੇ ਬਿਠਾ ਕੇ। ਤਾਂ ਸਮਾਂ ਬੀਤਦਾ ਗਿਆ, ਜਹਾਂਗੀਰ ਨੂੰ ਇੱਕ ਦਿਨ ਅਹਿਸਾਸ ਹੋਇਆ ਕਿ ਮੈਂ ਬਹੁਤ ਵੱਡਾ ਗੁਨਾਹ ਕੀਤਾ। ਅਹਿਸਾਸ ਹੋਇਆ ਕਿ ਮੈਂ ਬਹੁਤ ਵੱਡਾ ਗੁਨਾਹ ਕੀਤਾ। ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਤਾਂ ਸਾਧ ਇਤਿਹਾਸ ਲਿਖਦਾ ਕਿ ਉਹ ਇੱਕ ਦਿਨ ਅੰਮ੍ਰਿਤਸਰ ਵੱਲ ਨੂੰ ਆਇਆ ਔਰ ਆ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦੇ ਸਪਤ ਨੇ ਮਾਤਾ ਗੰਗਾ ਜੀ ਤੋਂ ਆ ਕੇ ਉਸਨੇ ਮਾਫੀ ਮੰਗੀ। ਉਸਨੇ ਆ ਕੇ ਮਾਫੀ ਮੰਗੀ ਆਪਣੇ ਗੁਨਾਹ ਦੀ। ਔਰ ਸਾਧ ਗੁਰੂ ਨਾਨਕ ਦਾ ਘਰ ਕਿੰਨਾ ਮਹਾਨ ਹੈ ਕਿ ਜੋ ਸ਼ਰਨ ਆਵੈ ਤਿਸੈ ਕੰਠ ਲਾਵੈ। ਔਰ ਸਾਧ ਸੰਗਤ ਗੁਰੂ ਨਾਨਕ ਦਾ ਜੋ ਦਰ ਹੈ, ਬੇਸ਼ੱਕ ਕਿੰਨਾ ਵੱਡਾ ਵੀ ਕਿਸੇ ਨੇ ਗੁਨਾਹ ਕੀਤਾ ਹੋਵੇ ਤਾਂ ਗੁਰੂ ਨਾਨਕ ਦਾ ਜੋ ਦਰਬਾਰ ਉਸਨੂੰ ਮਾਫ ਕਰ ਦਿੰਦਾ। ਤਾਂ ਸਾਧ ਸੰਗਤ ਜਹਾਂਗੀਰ ਨੂੰ ਮਾਫ ਕਰ ਦਿੱਤਾ। ਤਾਂ ਹੁਣ ਜਹਾਂਗੀਰ ਦੇ ਕਹਿਣ ਦੇ ਉੱਤੇ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਿੱਲੀ ਚਲੇ ਗਏ। ਔਰ ਦਿੱਲੀ ਗਏ ਤਾਂ ਉੱਥੇ ਉਹ ਚੰਦੂ ਲਾਲ ਵੀ ਸੀ ਜਿਸ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਤਸੀਹੇ ਦਿੱਤੇ ਸਨ। ਜਦੋਂ ਉਸਨੇ ਦੇਖਿਆ ਕਿ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੇ ਨਾਲ ਪਿਆਰ ਜਹਾਂਗੀਰ ਦਾ ਵਧਦਾ ਜਾ ਰਿਹਾ ਹੈ ਤਾਂ ਉਸਦੇ ਦਿਲ ਦੇ ਵਿੱਚ ਈਰਖਾ ਆ ਗਈ। ਉਹਦੇ ਦਿਲ ਦੇ ਵਿੱਚ ਈਰਖਾ ਆ ਗਈ। ਉਸਨੇ ਉਸਨੂੰ ਡਰ ਪੈ ਗਿਆ ਕਿ ਕਿਤੇ ਐਸਾ ਨਾ ਹੋਵੇ ਕਿ ਮੈਨੂੰ ਗੁਰੂ ਸਾਹਿਬ ਦੇ ਹਵਾਲੇ ਨਾ ਕਰ ਦੇਵੇ ਜਹਾਂਗੀਰ ਔਰ ਇਸ ਦੀ ਸਜ਼ਾ ਮੈਨੂੰ ਮਿਲੇਗੀ। ਔਰ ਉਸਨੂੰ ਜਦੋਂ ਡਰ ਪੈ ਗਿਆ ਤਾਂ ਉਸਨੇ ਇੱਕ ਸਕੀਮ ਬਣਾਈ। ਉਸਨੇ ਇੱਕ ਨਜ਼ੂਮੀਏ ਨੂੰ ਬੁਲਾਇਆ ਗਿਆ। ਨਜ਼ੂਮੀਆ ਕਹਿੰਦੇ ਨੇ ਹੱਥ ਦੇਖਣ ਵਾਲੇ, ਉਰਦੂ ਦਾ। ਉਸਨੂੰ ਬੁਲਾਇਆ ਗਿਆ ਔਰ ਉਸਨੂੰ ਕਿਹਾ ਗਿਆ ਕਿ ਤੂੰ ਇੰਜ ਕਰੇ, ਜਹਾਂਗੀਰ ਬਾਦਸ਼ਾਹ ਨੂੰ ਤੂੰ ਕਹਿਣਾ ਕਿ ਐ ਬਾਦਸ਼ਾਹ ਸਲਾਮਤ, ਤੇਰੇ ਤੇ ਸਾੜ ਸਤੀ ਆ ਗਈ, ਬਹੁਤ ਬੁਰਾ ਵਕਤ ਆ ਗਿਆ ਔਰ ਤੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ। ਤੂੰ ਉਸਨੂੰ ਇਹ ਗੱਲ ਕਹਿਣੀ ਤੇ ਫਿਰ ਜਹਾਂਗੀਰ ਤੇਰੇ ਕੋਲੋਂ ਉਪਾਓ ਪੁੱਛੇਗਾ ਔਰ ਜਦੋਂ ਉਪਾਓ ਪੁੱਛੇਗਾ ਨਾ ਤਾਂ ਤੂੰ ਕਹਿਣਾ ਕਿ ਬਾਦਸ਼ਾਹ ਸਲਾਮਤ, ਤੇਰੇ ਤੇ ਸਾਰ ਸਤੀ ਜੋ ਆਈ ਹੈ ਇਸ ਦਾ
ਇਸ ਨੂੰ ਦੂਰ ਕਰਨ ਦਾ ਇਹੀ ਉਪਾਅ ਹੈ ਕਿ ਕੋਈ ਅੱਲਾ ਦਾ ਬੰਦਾ ਕੋਈ ਰੱਬ ਦਾ ਬੰਦਾ ਮਹਾਪੁਰਸ਼ ਤੇਰੇ ਵਾਸਤੇ ਸਵਾ ਮਹੀਨਾ ਭਗਤੀ ਕਰੇ, ਦੁਆ ਮੰਗੇ ਤੇਰੇ ਵਾਸਤੇ, ਔਰ ਫਿਰ ਤੇਰੀ ਇਹ ਸਾਰ ਸੱਚੀ ਦੂਰ ਹੋਏਗੀ। ਹਾਂ, ਇਸ ਦੇ ਨਾਲ ਇੰਨੀ ਗੱਲ ਵੀ ਕਹਿ ਨਹੀਂ ਕਿ ਉਹ ਜੋ ਭਗਤੀ ਕਰੇ ਨਾ, ਜਿੱਥੇ ਦੁਆ ਮੰਗੇ ਉੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ, ਇਕਾਂਤ ਦੇ ਵਿੱਚ। ਇਕਾਂਤ ਦੇ ਵਿੱਚ ਹੋਵੇ। ਔਰ ਸਤਸੰਗ ਉਸਨੇ ਪਹਿਲਾਂ ਹੀ ਸਾਰੀ ਸਕੀਮ ਬਣਾ ਰੱਖੀ ਸੀ ਕਿ ਫਿਰ ਅਸੀਂ ਇਸਦਾ ਜਵਾਬ ਦੇ ਦਿਆਂਗੇ ਕਿ ਗਵਾਲੀਅਰ ਦਾ ਕਿਲਾ ਸਤਸੰਗ, ਕਿਉਂਕਿ ਗਵਾਲੀਅਰ ਦਾ ਕਿਲਾ ਉਹਨਾਂ ਦਿਨਾਂ ਦੇ ਵਿੱਚ ਬਹੁਤ ਬਦਨਾਮ ਹੋਇਆ ਕਰਦਾ ਸੀ, ਕਿਉਂਕਿ ਜੋ ਕੈਦੀ ਉਸ ਕਿਲੇ ਦੇ ਵਿੱਚ ਚਲਿਆ ਜਾਂਦਾ ਸੀ ਤਾਂ ਉੱਥੋਂ ਜ਼ਿੰਦਾ ਵਾਪਿਸ ਨਹੀਂ ਆਉਂਦਾ ਸੀ। ਤਾਂ ਉਸਨੇ ਸੋਚਿਆ ਕਿ ਫਿਰ ਜਦੋਂ ਸਵਾ ਮਹੀਨਾ ਹੋ ਜਾਏਗਾ ਤਾਂ ਇਹ ਰਾਜਾ ਭੁੱਲ ਜਾਏਗਾ ਫਿਰ, ਔਰ ਸਾਨੂੰ ਕੋਈ ਖਤਰਾ ਨਹੀਂ ਰਹੇਗਾ, ਔਰ ਇਹ ਗੁਰੂ ਮਹਾਰਾਜ ਜੇਲ੍ਹ ਦੇ ਵਿੱਚ ਹੀ ਰਹਿਣਗੇ, ਫਿਰ ਗਵਾਲੀਅਰ ਦੇ ਕਿਲੇ ਦੇ ਵਿੱਚ ਹੀ ਰਹਿਣਗੇ, ਬਾਹਰ ਨਹੀਂ ਆ ਸਕਦੇ। ਤਾਂ ਉਸਨੇ ਫਿਰ ਜਹਾਂਗੀਰ ਨੇ ਜਦੋਂ ਆ ਕੇ ਗੱਲ ਕੀਤੀ, ਕਹਿਣ ਲੱਗੇ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਕਿਉਂਕਿ ਜਦੋਂ ਚੰਦੂ ਲਾਲ ਕੋਲ ਪੁੱਛਿਆ ਨਾ ਹਾਂ ਵੀ ਐਸਾ ਬੰਦਾ ਹੋ ਕਿਹੜਾ ਸਕਦਾ, ਤਾਂ ਕਹਿਣ ਲੱਗੇ ਕਿ ਮਹਾਰਾਜ ਬਾਦਸ਼ਾਹ ਸਲਾਮਤ ਇਹ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨਾਂ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ। ਤਾਂ ਜਹਾਂਗੀਰ ਨੇ ਇੱਕਦਮ ਗੁਰੂ ਸਾਹਿਬ ਨੂੰ ਆ ਕੇ ਕਿਹਾ, ਕਹਿਣ ਲੱਗਿਆ ਕਿ ਇਹ ਗੱਲ ਹੈ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਬਾਕੀ ਇਹ ਸਾਰੀ ਚਾਲ ਜੋ ਹੈ ਉਸ ਚੰਦੂ ਲਾਲ ਦੀ, ਲੇਕਿਨ ਕਾਰਨ ਸਤਸੰਗਤ ਕੋਈ ਵੀ ਹੋਵੇ, ਕਿਉਂਕਿ ਅਸਲ ਦੇ ਵਿੱਚ ਉਸ ਗਵਾਲੀਅਰ ਦੇ ਕਿਲੇ ਜੋ 52 ਰਾਜੇ ਸਨ ਨਾ, ਵੱਖਰੀ ਵੱਖਰੀ ਰਿਆਸਤ ਤੋਂ ਉਹ ਉੱਥੇ ਕੈਦ ਕੀਤਾ ਗਿਆ ਸੀ, ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਗੁਰੂ ਨਾਨਕ ਦੇ ਦਰਬਾਰ ਤੇ ਆਸਥਾ ਰੱਖਦੇ ਸਨ। ਉਹ ਹਰ ਰੋਜ਼ ਅਰਦਾਸਾਂ ਕਰਦੇ ਸਨ, ਇਹ ਸੇਵੇਂ ਛੇਵੇਂ ਗੁਰੂ ਨਾਨਕ, ਇਹ ਗੁਰੂ ਨਾਨਕ ਸਾਹਿਬ ਸਾਨੂੰ ਇਸ ਜੇਲ੍ਹ ਦੇ ਵਿੱਚੋਂ ਕਿਵੇਂ ਨਾ ਕਿਵੇਂ ਕੱਢੋ। ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਿਆਰ ਹੋ ਕੇ ਜਾਣ ਵਾਸਤੇ ਕਹਿਣ ਲੱਗੇ, ਹਾਂ ਮੈਂ ਜ਼ਰੂਰ ਜਾਵਾਂਗਾ, ਲੇਕਿਨ ਬਾਦਸ਼ਾਹ ਸ਼ਰਤ ਹੈ, ਦੋ ਸ਼ਰਤਾਂ ਨੇ। ਪਹਿਲੀ ਕਿ ਲੰਗਰ ਅਸੀਂ ਆਪਣਾ ਖੁਦ ਬਣਾਇਆ ਕਰਾਂਗੇ, ਔਰ ਦੂਸਰੀ ਸ਼ਰਤ ਕਿ ਸਾਡੇ ਤੇ ਕੋਈ ਪਾਬੰਦੀ ਲਾਗੂ ਨਹੀਂ ਹੋਏ। ਸਾਡੇ ਤੇ ਕੋਈ ਹੋਰ ਪਾਬੰਦੀ ਲਾਗੂ ਨਹੀਂ ਹੋਏਗੀ। ਸਤਸੰਗਤ ਜਦੋਂ ਸੁਣਿਆ ਕੈਦੀਆਂ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਆ ਰਹੇ ਨੇ, ਤਾਂ ਉੱਥੇ ਦਾ ਕੋਤਵਾਲ ਸੀ ਹਰਦਾਸ, ਉਹ ਵੀ ਉਹਦਾ ਵੀ ਬਹੁਤ ਗੁਰੂ ਘਰ ਦੇ ਨਾਲ ਪਿਆਰ ਸੀ। ਬਹੁਤ ਖੁਸ਼ੀ ਹੋਈ ਉਸ ਨੂੰ ਸੁਣ ਕੇ ਪਾਤਸ਼ਾਹ ਆ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ। ਤਾਂ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ ਤਾਂ ਹਰਦਾਸ ਆਪ ਉਹਨਾਂ ਨੂੰ ਅੱਗੋਂ ਲੈਣ ਵਾਸਤੇ ਗਿਆ। ਹੁਣ ਸਤਸੰਗ ਵਕਤ ਇੰਨਾ ਬਾਕੀ ਨਹੀਂ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਬਹੁਤ ਜਲਦੀ ਤੋਂ ਜਲਦੀ ਵਕਤ ਦੇ ਵਿੱਚ ਰਹਿ ਕੇ ਜਿਹੜੀ ਮੈਂ ਗੱਲ ਕਹਿਣੀ ਮੈਂ ਕਹਿ ਦਿਆਂ। ਤਾਂ ਹੁਣ ਜਦੋਂ ਪਾਤਸ਼ਾਹ ਉੱਥੇ ਪਹੁੰਚ ਗਏ, ਹਰ ਰੋਜ਼ ਲੰਗਰ ਬਣਦਾ, ਉਹ ਜੋ ਰਾਜੇ ਸਨ ਉੱਥੇ ਦੇ ਕੈਦੀ ਸਨ ਜਿਨ੍ਹਾਂ ਨੇ ਕਿਤੇ ਸੂਰਜ ਨਹੀਂ ਸੀ ਦੇਖਿਆ, ਪੈਰਾਂ ਦੇ ਵਿੱਚ ਬੇੜੀਆਂ, ਹੱਥਾਂ ਦੇ ਵਿੱਚ ਹੱਥਕੜੀਆਂ, ਬਹੁਤ ਤਸੀਹੇ ਕਰਦੇ ਸਨ, ਔਰ ਜੋ ਉੱਥੇ ਦਾ ਖਾਣਾ ਖਵਾਇਆ ਜਾਂਦਾ ਸੀ ਉਹਦੇ ਵਿੱਚ ਕੱਚਾ ਜ਼ਹਿਰ ਹੋਇਆ ਕਰਦਾ ਸੀ, ਤਾਂ ਕਿ ਉਹ ਇੱਕ ਨਾ ਇੱਕ ਦਿਨ ਉਹ ਆਪਣੇ ਆਪ ਹੀ ਇਸ ਦੁਨੀਆਂ ਤੋਂ ਚਲੇ ਜਾਣ, ਮਰ ਜਾਣ।
और उसका इल्जाम बादशाह के ना आवे। तो सत्संगत हूँ गुरु साहब ने जाके लंगर बनाना शुरू कर देता उठे और वो कैदियां जे बिच भी लंगर बरतिया करे और सारे बहुत खुश हो गए। हूँ सत्संगत इस तरह करते करते सवा महीना बीत गया, उधर जहांगीर भुल गया। जहांगीर हूं भुल गया, और गुरु साहब होते ही नहीं। समा बीता गया और रब की करनी ऐसी जहांगीर नूं भैड़े भैड़े सुपने आने शुरू हो गए, उसकी तबीयत खराब हो गई। उसकी तबीयत खराब हो गई तो हुण कोई भी दवादारी भी ना लगी। कोई भी दवादारू ना लगे तो जहांगीर की बेगम नूर जहां हूं सोचने लगी कि हूं की किया जाए। और सत्संग नूर जहां उसनू फिक्र लग गया, और वो नूर जहां मियां मीर जी की चेली सी। वो मियां मीर जहां ने दरबार साहब की नींह रखी सी, उसकी चेली सी। और सत्संग कई इतिहासकारों का विचार वैसे अपने अपने ने, पर कई का विचार है कि गुरु साहब को धोखे के नाल कैद किया गया। लेकिन कारण जो भी हो, लेकिन उन्होंने आप उसे जाना सी क्योंकि उसे बवंजा राजे जो सब उन्होंने छुड़वा रिहा करवा। हूँ नूर जहां अपने मियां मीर जी के कोल चली गई और जाके कह लगी के साईं बादशाह सलामत की तबीयत बहुत खराब हो गई और उन्हां वास्ते दुआ करो, तुसी उस अल्लाह के बंदे और तुसी उन्हां वास्ते दुआ करो। तां सत्संग मियां मीर कह लग्या के है रानी, मैं जदों भी दुआ करने वास्ते उस अल्लाह के घर जाता ना तो मैनू एक कोई सूरत आती है गुरु साहब श्री गुरु हरगोबिंद साहब महाराज जी आके सतनाम सही बात वाहिगुरु जी। और कह लगे कि मैनू एक कोई सूरत नजर आती है गुरु हरगोबिंद साहब पातशाह महाराज जी, और जेकर तुसी ऐसे महापुरुष नू कैद करके रखिया होया है तो फिर सुख तुहानू किवें मिल सकता है। फिर तुम सुख नहीं मिल सकता। तसा सगत कह लगे कि इंज करो कि गुरु साहब को जल्दी जल्दी रिहा कर दिया जाए। हूँ रानी वापस गई और सत्संग जहांगीर ने हुक्मनामा जारी कर दिता कि गुरु साहब को रिहा कर दिया जाए। और यह सुन के राजिया के मन में बड़ा धक्का जहा लग गया। कह लगे पातशाह जब तुसी आए सी तां इंज लगदा सी सानू जिंदगी मिल गई, लेकिन हुण तुसी चले जाओगे सानू मुड़ को काल कोठड़ियां सुट दिता जाएगा और सानू फिर खाने वास्ते कच्चा जहर दिता जाएगा। तां साहब कहन लगे भाई जेकर तुसी गुरु नानक दे घर नाल प्यार कीता ना तां तुहानू गुरु नानक कदे भी छड़ के नहीं जाएगा। सत्संग इन्नी देर उधर बाबा बुढ़ा सिंह जी अमृतसर तो कुछ सिखा के जथे बना के ग्वालियर को तोड़िया करते, उन्होंने तोड़ दिता हाथ च जल दिया मशाला लैके वो किले की परिक्रमा करिया करते और रोज गुजारा भी करिया करते कि साढ़े गुरु को रिहा कर दिता जाए। तो सत्संग जदों
ਉਹਨਾਂ ਨੂੰ ਹੁਕਮਨਾਮਾ ਜਾਰੀ ਕੀਤਾ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਐ ਜਹਾਂਗੀਰ ਮੈਂ ਜੇਕਰ ਜਾਵਾਂਗਾ ਨਾ ਮੈਂ ਇਕੱਲਾ ਨਹੀਂ ਜਾਵਾਂਗਾ, ਇਸ ਦੇ ਨਾਲ ਮੇਰੇ ਨਾਲ ਮੈਂ ਚਾਹੁੰਦਾ ਕਿ ਮੇਰੇ ਜੇ ਹੋਰ ਵੀ ਜੋ ਕੈਦ ਕੀਤੇ ਹੋਏ ਨੇ ਰਾਜੇ ਉਹਨਾਂ ਨੂੰ ਤੂੰ ਰਿਹਾ ਕਰ। ਤਾਂ ਜਹਾਂਗੀਰ ਕਹਿਣ ਲੱਗਿਆ ਕਿ ਹੁਣ ਨਾ ਵੀ ਨਹੀਂ ਕਰ ਸਕਦਾ ਸੀ, ਕਹਿਣ ਲੱਗਿਆ ਕਿ ਚਲੋ ਜਿੰਨੇ ਤੁਹਾਡੇ ਚੋਲੇ ਨੂੰ ਫੜ ਕੇ ਨਿਕਲ ਜਾਣਗੇ ਨਾ ਉਹ ਤੁਹਾਡੇ ਨਾਲ ਜਾ ਸਕਦੇ। ਦੱਸ ਸਕਦ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਸਜਾਇਆ ਔਰ 52 ਰਾਜੇ ਇੱਕ ਇੱਕ ਕਲੀ ਫੜ ਕੇ ਗੁਰੂ ਸਾਹਿਬ ਦੇ ਨਾਲ ਜਦੋਂ ਬਾਹਰ ਆ ਗਏ ਔਰ ਗੁਰੂ ਸਾਹਿਬ ਦੇ ਬਾਹਰ ਆਉਣ ਤੇ ਸੰਗਤਾਂ ਬਾਹਰ ਖੜੀਆਂ ਸਨ ਸਵਾਗਤ ਵਾਸਤੇ, ਫੁੱਲਾਂ ਦੀ ਵਰਖਾ ਕੀਤੀ ਗਈ, ਜੈਕਾਰਿਆਂ ਦੇ ਨਾਲ ਅਸਮਾਨ ਗੂੰਜ ਉੱਠਿਆ ਔਰ ਕੁਝ ਦਿਨ ਤੋਂ ਬਾਅਦ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚ ਗਏ ਔਰ ਇਤਫਾਕਨ ਉਸ ਦਿਨ ਦੀਵਾਲੀ ਦਾ ਸਮਾਂ ਸੀ, ਦੀਵਾਲੀ ਦਾ ਦਿਨ ਸੀ ਔਰ ਦੀਵਾਲੀ ਦਾ ਦਿਨ ਹੋਣ ਕਰਕੇ ਦੀਵਾਲੀ ਮਨਾਈ ਜਾ ਰਹੀ ਸੀ ਔਰ ਫਿਰ ਸਿੱਖਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਦੇਸੀ ਘਿਓ ਦੇ ਦੀਵੇ ਜਗਾਏ। ਫਿਰ ਹਰਗੋਬਿੰਦ ਪਾਤਸ਼ਾਹ ਸਾਹਿਬ ਮਹਾਰਾਜ ਪਹੁੰਚ ਗਏ ਅੰਮ੍ਰਿਤਸਰ, ਅੰਮ੍ਰਿਤਸਰ ਵੀ ਫਿਰ ਦੀਪਮਾਲਾ ਕੀਤੀ ਗਈ ਦੇਸੀ ਘਿਓ ਦੇ ਦੀਵੇ ਜਗਾ ਕੇ। ਸਭ ਤੋਂ ਪਹਿਲਾਂ ਉਹਨਾਂ ਨੇ ਇਸ਼ਨਾਨ ਕੀਤਾ ਗੁਰੂ ਸਾਹਿਬ ਨੇ ਸਰੋਵਰ ਦੇ ਵਿੱਚ, ਫਿਰ ਮਾਤਾ ਗੰਗਾ ਜੀ ਨੂੰ ਮੇਰੇ ਨਮਸਕਾਰ ਕੀਤੀ। ਸੋ ਸਤਿਗੁਰ ਇਸ ਕਰਕੇ ਸਾਡੇ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਔਰ ਸਤਿਗੁਰ ਮਾਫ ਕਰਨਾ ਕਿ ਮੈਂ ਕੋਸ਼ਿਸ਼ ਕੀਤੀ ਹੈ ਕਿ ਬਹੁਤ ਹੀ ਸ਼ੋਰਟਕਟ ਕਰਕੇ ਤੁਹਾਨੂੰ ਸੁਣਾਵਾਂ ਔਰ ਵਕਤ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ, ਮੈਂ ਤੁਹਾਨੂੰ ਅੱਗੇ ਬਾਅਦ ਚਾਹਾਂਗਾ। ਆਓ ਸ਼ਬਦ ਜੀ ਆਖਰੀ ਜੋ ਪੰਕਤੀਆਂ ਪੜ੍ਹ ਕੇ ਔਰ ਦੂਜੇ ਬਾਅਦ ਜਾ ਚੁਕਾਉਂਗਾ। ਬੰਕਨ ਤੇ ਪਮਣ ਭਰਿਆ ਹੋਏ ਸਗਲੇ ਜੀ ਸਧਾਰਿਆ, ਸਗਲੇ ਜੀ ਸਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ, ਪੂਰਨ ਇੱਛ ਪੁਜਾਰਿਆ, ਪੂਰਨ ਇੱਛ ਪੁਜਾਰਿਆ। ਵਾਹਿਗੁਰੂ ਜੀ ਦਾ ਤੇ ਫਿਰ ਅਨੰਦ ਸਾਹਿਬ ਦਾ ਪਾਠ ਚੱਲਦਾ। Thank you.
ਰਾਮ ਕਾਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਸਤਿਗੁਰ ਕਾ ਪਾਇਆ ਸ਼ਬਦ ਗਾ ਬਣਿਆ ਸ਼ਬਦੋ ਆਗਾ ਹੋਰੀ ਕੇਰਾ ਮਨ ਜਿਨੀ ਵਸਾਇਆ ਕਹਿਣ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਤੇਰੇ ਮਨ ਮੇਰਿਆ ਤੂੰ ਸਦਾ ਰਹੋ ਹਰ ਪਾਏ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਸਵਾਰ ਸਭਨਾ ਗੱਲਾਂ ਸਭ ਸੁਆਮੀ